बाकी ध्यान नहीं रहता, दुनिया जो करना करना बिजू लड़ जाता है कि तेजी करने का भैया चोर बिजवा और पूरी एंट्री की तरफ दुश्मन की तरह रही हूँ कि क्या मैं तुम पता मार जाती हूँ वो अपना देख बता चार पत्थर वाह गड्डियां चलाते हैं बैठते हैं मुंह करके लाते हैं वो दो बंदे हैगे आ तू अपना देख बाकी जा तू मैं अपना भी नाम दे रहा पूरा दा तू सही यार यार मिली तेरे कहीं है वो जैसे तेरे वो ना वो कहते छत्ती जाने अरे दवाई है ना मैं उन्हें दवाई है खा के फिर चाय पानी पी के खड़ा खड़ा गाड़ी तो मैं लगी हुआ दो दो दिन तीन साल हो गए ना खा के मैं कहना उधर ही खड़ा है और चिट्टा जाते हैं मैं दवाई का ਲਾਉਂਦੇ ਹੈ ਹੀ ਨਹੀਂ।
ਬਾਅਦ ਫੇਰ ਨਵੀਂ ਆਹ 100 ਰੁਪਏ ਜੁੱਤੀ ਮਿਲਿਆ ਸੀਗਾ, ਆਹ 100 ਰੁਪਏ ਚ ਆਪਾਂ ਸੇਲ ਲਈ ਬਾਅਦ ਰਿਆਇਤ ਦਿੱਤਾ ਹੋਇਆ ਤਾ। ਹੁਣ ਜਦ ਤੁਹਾਡੇ ਕੋਲ ਫਾਈਨਲ ਰੇਟ ਸਾਰੇ ਬੰਦ ਕਰਦੇ ਆ, ਤੂੰ ਆਪਣੀ ਆਦਤ ਨੀ ਛੱਡਦਾ ਤਾ ਭਈਆ, ਘਰ ਦੇ ਵਿੱਚ ਤੈਨੂੰ ਭੰਗੇ ਭੁਜਣ ਵਾਲਾ ਕੰਮ ਹੋ ਜਾਂਦਾ, ਕਿਉਂਕਿ ਪੈਸੇ ਦਾ ਕਿੰਨਾ ਮਰਜ਼ੀ ਰਿਹਾ ਤੂੰ ਵੀ ਕਿਸੇ ਦੇ ਆਦਿ ਹੋ ਜਾਂਦੇ ਆ। ਜਿਸ ਵੇਲੇ ਜਿਹੜੇ ਉਹ ਇੱਕ ਇੱਕ ਚੀਜ਼ ਦਾ ਹਿਸਾਬ ਸਾਰੇ ਦੇਣਗੇ, ਜਦ ਵੀ ਅਸੀਂ ਦੇਖਿਆ 45,000 ਰੁਪਏ ਦਾ ਚੈੱਕ ਦਿੱਤਾ ਉਹਨੂੰ, ਮੈਂ ਚੱਕ 45,000 ਰੁਪਏ ਚਾਹ ਕੇ ਗਈ ਬਸ, ਜਿਹਦੇ ਵਿੱਚ ਦੇਖਿਆ ਵੀ ਇਹ ਕਾਰਨ ਸੱਤਾ ਦਿਨਾਂ 42,000 ਰੁਪਇਆ ਭਰਨਾ ਕੋਈ ਸੌਖਾ, ਜਾ ਕੇ ਉੱਥੇ ਜਾ ਕੇ ਗੱਡੀ ਅਗੜੀ ਕਰਦੀ ਉਹਨੂੰ। ਇਸ ਖਾਲਸਾ ਤੁਸੀਂ ਤੁਹਾਡੇ ਕੋਲ ਆਈ ਸੀ ਕੋਰਸ ਵਾਸਤੇ, ਤੁਸੀਂ ਕੱਲ ਨੂੰ ਕਹੋਗੇ ਕੈਨੇਡਾ ਭੇਜਣਾ ਤੇ 2 ਲੱਖ ਜਮ੍ਹਾਂ ਕਰਾਓ, ਕੈਂਸਲ ਕਰ ਦਿੱਤਾ ਸਾਰਾ, ਕਿਉਂਕਿ ਹੁਣ ਤੂੰ ਤੇਰਾ ਰਾਸਤਾ ਦੂਰਾ, ਤੂੰ ਬਾਅਦ 10,000 ਰੁਪਏ ਜਾ ਕੇ ਦੇ ਦੇ, ਤੂੰ ਆਪਣੇ ਐਸ ਕਰੀ ਚੱਲ, ਉਹ ਨੀ ਕਹਿਣਾ ਭਾਈ ਮੇਰੇ ਹੱਥ ਆਇਆ ਮੈਂ ਆ ਦੇ ਲਵਾਂ, ਹੁਣ ਕਹਿੰਦਾ ਮੈਂ ਦੇ ਲਵਾਂ, ਫਿਰ ਜਦ ਰਾਸਤੇ ਇੱਕ ਜਗ੍ਹਾ ਪੁੱਛੋ ਅਗਲੇ ਨੂੰ ਹੱਥ ਰੱਖੋ, ਇੰਨੇ ਪੈਸੇ ਦਿੱਤੇ ਜੇ ਹਿਸਾਬ ਕਿਤਾਬ, ਜੇ ਮੈਂ ਠੀਕ ਹੋਊਗਾ ਤਾਂ ਹੀ ਮੈਂ ਤੈਨੂੰ ਕਹੀ ਜਾ ਤੂੰ ਆਹ ਛੱਡ ਨਸ਼ਾ ਜਾ, ਮੈਂ ਨਸ਼ਾ ਕਰੀ ਜਾਂਦਾ, ਮੈਂ ਕਹੀ ਜਾ ਨਸ਼ਾ ਛੱਡ ਦੋ ਨਸ਼ਾ ਜਾ, ਮੈਂ ਨਸ਼ਾ ਕਰੀ ਜਾਂਦਾ, ਕਬਰ ਹੋ ਜਾਂਦਾ। ਜਾਂ ਤੈਨੂੰ ਕਹਿੰਦਾ ਵੀ ਤੈਨੂੰ ਆਪ ਜਿਹੜਾ ਤੂੰ ਨੋਰਮਲ ਚੀਜ਼ਾਂ ਹੈ ਤੂੰ ਸਾਨੂੰ ਦੱਸੂਗਾ, ਉਹਦਾ ਸੰਧਾਨ ਉਹਦੇ ਹੋ ਜਾਣਾ, ਪਤਾ ਲੱਗ ਜਾਣਾ ਇੱਦਾਂ। ਹੁਣ ਡਾਕਟਰ ਨੂੰ ਜਾ ਕੇ ਝੂਠ ਬੋਲੀ ਚੱਲੂਗਾ, ਡਾਕਟਰ ਨੂੰ ਕਿਹਾ ਉਹਦੇ ਕੋਲ ਬਹੁਤ ਪਤਾ ਹੈ, ਜਿੱਦਾਂ ਮਸ਼ੀਨਾਂ ਵਾਲੇ ਆ ਜਾਏਗਾ ਰਹਿੰਦੇ ਮਨੋ ਇੱਥੇ ਆਏ, ਮੈਂ ਪੱਠੇ ਲੈ ਆਇਆ ਹਨੇਰਾ ਹੋਇਆ ਇਹਦਾ, ਬਾਅਦ ਜੀ ਡਸਟਬੀਨ ਨੇ ਮਾਰਾ ਸਮਰਥਨ ਕਰਤਾ, ਮੈਂ ਉਹਨਾਂ ਕੱਪੜਾ ਜੀ ਗੰਦਾ ਹੀ ਚਲੇ ਗਿਆ, ਦੋ ਕੁੜੀਆਂ ਬੈਠੀਆਂ ਮੀਕੀ ਬੈਠਾ ਇਹਦੇ ਪਾਸੇ, ਹਾਂਜੀ ਮੈਂ ਕਿੰਨੇ ਕਹਿੰਦੇ ਤੁਹਾਡੇ ਭਾਰ ਭੂਰ ਵਧਿਆ ਜਾਂ ਕੋਈ ਬਿਮਾਰੀਆਂ, ਮੈਂ ਕਿਹਾ ਚਲੋ ਦੇਖੋ। ਮੈਂ 3 ਦਿਨ ਪਹਿਲਾਂ ਭਾਰ ਤੋਰ ਕੇ ਗਿਆ ਇੱਥੇ, ਉਹ ਮਸ਼ੀਨ ਜਿਹੜੀ ਗੁੱਗੇ ਦਾ ਉਹਨੂੰ ਲਿਆ ਕੇ ਉੱਥੇ ਲੈਣ ਜਾ ਕੇ ਤਾਂ ਮੈਨੂੰ ਉੱਪਰ ਖੜਾ ਗਈ ਦਫਾ ਖੜਾ ਹੋ ਗਿਆ, ਉੱਤੋਂ ਫਾਰਮ ਜਿਹਾ ਭਰਿਆ ਮਸ਼ੀਨ ਲਿਆ ਕੇ ਦੇਖੀ, ਫਾਰਮ ਜਿਹਾ ਭਰ ਲਾ ਪਈ ਉਹ ਮਸ਼ੀਨ ਨਾਲ ਦੇਖ ਕੇ, ਮਾਂ ਜੀ ਫਾਰਮ ਜਿਹਾ ਭਰ ਕੇ ਦੇਤਾ ਜੀ ਤੁਹਾਡੇ ਆਹ ਕਮੀ ਆ ਉਹ ਕਮੀ, ਮੈਂ ਕਿਹਾ ਭਾਰ ਕਿੰਨਾ ਆਇਆ, ਕਹਿੰਦੇ 85 ਕਿਲੋ, ਮੈਂ ਕਿਹਾ 15 ਕਿਲੋ ਪਰਸੋਂ ਦਾ ਭੈਣ ਚੋਂ ਕਿੱਦਾਂ ਘੱਟ ਗਿਆ, ਆਰਾਮ ਵਾਲੇ ਤਾਕੇ ਦੇ ਤੋਲਿਆ ਭੈਣ ਚੋਂ 500-500 ਗ੍ਰਾਮ ਵੱਟਾ ਮੈਂ ਪੂਰੇ ਪਾਇਆ ਉਹਦੇ ਕੋਲ, 99 ਕਿਲੋ 500 ਗ੍ਰਾਮ ਹੋ ਗਿਆ 94 ਤੋਂ, ਤੁਹਾਡਾ ਭਰ ਬਾਕੀ ਆ ਕੋਈ ਨੀ ਜੀ, ਮੈਂ ਕਿਹਾ ਕਿੰਨੇ ਦੀ ਦਵਾਈ, ਕਹਿੰਦਾ 2400 ਦੀ, ਦਰਸ਼ਕਾਂ ਨੇ ਇਹ ਵੀ ਰੱਖਿਆ 2200 ਦੀ, ਮੈਂ ਮੈਨੂੰ ਟੱਕਾ ਪਤਾ, ਮੈਂ ਕਿਹਾ ਮੇਰੇ ਕੋਲ ਪਏ ਤਰੀਕ ਆ ਮੇਰੀ 8 ਤਰੀਕ ਤੋਂ ਬਾਅਦ 9 ਤਰੀਕ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ ਜੇ ਮੈਂ ਜ਼ਰੂਰ ਪਈ ਤਾਂ 2400 ਦੀ ਦਵਾਈ ਜੀ, 3 ਮਹੀਨੇ ਦਾ ਕੋਰਸ ਕਰਾਉਣਾ 24 ਦੀ ਬਸ ਤਾਂ